आज हम खेत में आए हुए हैं कि गाजरों को लेने के लिए, गाजरों को पट के जूस बनाएंगे। तो हम सबसे पहले गाजरे पट्टेंगे, हमारे साथ हमारा डैडी भी है। चलो चलते हैं, चलो डैडी गाजरों पट्टो। गाजर खाएगा जाएगा। हाँ भाई जी, वो भी बहुत है। हाँ बस और थोड़ी है, चार जूस वास्ते बाबा चाहिए हम दिए ना। हाँ जी, हमने इधर पाल लिया जूस खाओ। चार प्लेट इधर से और से डाल दिए। ਹੁਣ ਗਾਜਰਾਂ ਨੂੰ ਧੋਵਾਂਗੇ ਆਪਾਂ। ਇਹਨਾਂ ਨੂੰ ਆਪਾਂ ਨੂੰ ਦੋ ਤਿੰਨ ਪਾਣੀ ਵਿੱਚ ਕੱਢਣੀਆਂ ਪੈਣੀਆਂ, ਫਿਰ ਚੰਗੀ ਤਰ੍ਹਾਂ ਸਾਫ਼ ਹੋਣਗੀਆਂ। ਚੰਗੀ ਤਰ੍ਹਾਂ ਪਾਣੀ ਵਿੱਚ ਦੀ ਕੱਢ ਦਿੱਤਾ ਹੋਇਆ ਤੇ ਹੁਣ ਆਪਾਂ ਇਹਦਾ ਜੂਸ ਬਣਾਵਾਂਗੇ। ਹਾਂਜੀ, ਹੁਣ ਆਪਾਂ ਗਾਜਰਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਛਿੱਲ ਲਾਂਗੇ, ਫਿਰ ਛਿੱਲੀਆਂ ਜਾਣਗੀਆਂ ਤੇ ਫਿਰ ਆਪਾਂ ਇਹਨਾਂ ਨੂੰ ਇਹਨਾਂ ਦਾ ਜੂਸ ਤਿਆਰ ਕਰਾਂਗੇ। ਆਪਾਂ ਵਿੱਚ ਸੰਤਰੇ ਵੀ ਛਿੱਲਣ ਜਾ ਰਹੇ ਹਾਂ। ਮੈਂ ਕਿਹਾ ਵਿੱਚ ਸੰਤਰੇ ਵੀ ਜੂਸ ਦੇ ਪੈ ਜਾਣਗੇ ਤੇ ਨਾਲ ਪਾਲਕ ਵੀ ਪੈ ਜਾਵੇ, ਜੋ ਆਪਣੇ ਲਈ ਬਹੁਤ ਵਧੀਆ ਹੁੰਦੀ ਹੈ। ਇਹਨਾਂ ਦਾ ਤਿੰਨਾਂ ਚੀਜ਼ਾਂ ਦਾ ਜੂਸ ਬਣਾ ਕੇ ਪੀਣਾ ਆਪਣੇ ਲਈ ਬਹੁਤ ਹੀ ਫਾਇਦੇਮੰਦ ਆ ਵੈਸੇ ਵੀ। ਬਸ ਸੰਤਰੇ ਛਿੱਲੇ ਚੱਲੇ ਆ, ਉਸ ਤੋਂ ਬਾਅਦ ਆਪਾਂ ਜੂਸ ਦੀ ਤਿਆਰੀ ਕਰਾਂਗੇ। ਇਹ ਸਪੈਸ਼ਲ ਬੀਬੀ ਨੇ ਕਿਹਾ ਸੀ ਅੱਜ, ਬੀਬੀ ਦਾ ਮਨ ਕੀਤਾ ਸੀਗਾ ਜੂਸ ਪੀਣ ਨੂੰ, ਤੇ ਮੈਂ ਸੋਚਿਆ ਕਿ ਬੀਬੀ ਵਾਸਤੇ ਜੂਸ ਦੀ ਤਿਆਰੀ ਕਰ ਲਈਏ। ਜੂਸ ਬਣਾ ਕੇ ਪਿਆ ਲਈਏ ਬੀਬੀ ਨੂੰ ਅੱਜ। ਵੈਸੇ ਵੀ ਸੀਜ਼ਨਲ ਚੀਜ਼ ਖਾਣੀ ਚਾਹੀਦੀ ਹੈ, ਜਿੱਦਾਂ ਕਿ ਸੰਤਰੇ ਪਾਲਕ, ਅਤੇ ਹੁਣ ਸੀਜ਼ਨਲ ਆਪਾਂ ਸੀਜ਼ਨ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਇਸਤੇਮਾਲ ਵੀ ਕਰਨਾ ਚਾਹੀਦਾ। ਇਹਨਾਂ ਨੇ ਜੂਸ ਵਾਸਤੇ ਤਿਆਰ ਕਰਨੀਆਂ ਹੋਈਆਂ ਨੇ, ਹੁਣ ਆਪਾਂ ਜੂਸ ਬਾਸ ਦੇ ਵਿੱਚ ਪਾਵਾਂਗੇ ਇਹਨਾਂ ਨੂੰ। Thank you.
ਭਰ ਕੇ ਹੁਣ ਪੂਰਾ ਤਿਆਰ ਹੋ ਗਿਆ ਹੋਇਆ। ਹੁਣ ਆਪਾਂ ਇਹਨੂੰ ਪੁਣਾਂਗੇ ਚੰਗੀ ਤਰ੍ਹਾਂ, ਆਇਲ ਮਿਕਸ ਕਰ ਲਾਂਗੇ ਕਿਉਂਕਿ ਇਹਦੇ ਵਿੱਚ ਤਿੰਨ ਤਰ੍ਹਾਂ ਦਾ ਜੂਸ ਬਣਾਇਆ ਗਿਆ, ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੋਨਾਂ ਤਿੰਨਾਂ ਨੂੰ ਜਿੰਨੇ ਜੂਸ ਬਣਾਏ ਆ। ਜੂਸ ਤਿਆਰ ਹੋ ਗਿਆ ਹੋਇਆ, ਹੁਣ ਆਪਾਂ ਇਹਨਾਂ ਨੂੰ ਗਲਾਸੀਆਂ ਵਿੱਚ ਪਾਵਾਂਗੇ। ਜੂਸ ਤਿਆਰ ਆ, ਅਸੀਂ ਬੀਬੀ ਲਈ ਅੱਜ ਲੈ ਕੇ ਆਏ ਆ ਬਣਾ ਕੇ, ਬੀਬੀ ਦੀ ਸਪੈਸ਼ਲ ਪਸੰਦ। ਬੀਬੀ ਬਹੁਤ ਹਾਂਜੀ ਬੀਬੀ ਪੀਓ, ਹੁਣ ਇਹਨੂੰ ਪੀ ਲਓ। ਨਹੀਂ ਇੰਨਾ ਨਹੀਂ ਮੈਂ ਪੀਣਾ, ਥੋੜਾ ਖਾ ਦਿੰਦੀ ਆ। ਹਾਂਜੀ ਹੈਲੋ, ਇਹ ਤਾਂ ਮੈਨੂੰ ਥੋੜਾ ਬੀਬੀ ਪੀਣਾ ਕੀ ਆ ਤੇਰੇ ਕਹਿਣ ਤੇ ਬਣਾਇਆ, ਮੈਂ ਕੀ ਪੀਣਾ। ਲੈ ਥੋੜਾ ਲੈ ਲਾ, ਇੰਨਾ ਤਾਂ ਪੀ ਲੈਂਗੀ ਨਾ। ਚਲੋ ਬਾਕੀ ਜਿਹੜੇ ਬੱਚੇ ਆ ਇਹ ਬਾਕੀ ਆਣ ਕੇ ਪੀ ਲੈਣਗੇ, ਮੈਂ ਵੀ ਪੀ ਲੈਂਦੀ ਹਾਂ, ਦੇਖਾਂ ਕਿੱਦਾਂ ਦਾ ਬਣਿਆ। ਹਾਂਜੀ ਬੀਬੀ ਕਿਵੇਂ ਲੱਗਾ? ਬਹੁਤ ਸੋਹਣਾ। ਹਾਂਜੀ ਵੈਸੇ ਵੀ ਅਸੀਂ ਇਹਦੇ ਵਿੱਚ ਕੋਈ ਸ਼ੂਗਰ ਨਹੀਂ ਪਾਈ ਸੀ, ਅਸੀਂ ਸਿੰਪਲ ਹੀ ਬਣਾਇਆ ਵਾ, ਇੱਦਾਂ ਹੀ ਬਣਾਉਣਾ ਚਾਹੀਦਾ ਵਾ ਓਰੀਜਨਲ। ਅਤੇ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਔਰ ਮੇਰੀ ਵੀਡੀਓ ਨੂੰ ਕਰ ਦਿਓ ਸ਼ੇਅਰ। ਥੈਂਕ ਯੂ ਗਾਇਜ਼, ਬਾਏ ਬਾਏ।